ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਨਾਭਾ ਜੇਲ੍ਹ ਦਾ ਦੌਰਾ ਕਰਨ ਤੋਂ ਬਾਅਦ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਦੇ ਦਫ਼ਤਰ ਵੀ ਪਹੁੰਚੇ ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਵੋਟਾਂ ਦੀ ਲੋੜ ਹੁੰਦੀ ਹੈ ਤਾਂ ਅਸੀਂ ਆਮ ਜਨਤਾ ਕੋਲ ਤੁਰ ਕੇ ਜਾਂਦੇ ਹਾਂ ਅਤੇ ਉਹਨਾਂ ਤੱਕ ਪਹੁੰਚ ਕਰਦੇ ਹਾਂ ਤੇ ਅੱਜ ਜਨਤਾ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਅਤੇ ਹੱਲ ਕਰਨ ਦੇ ਲਈ ਉਹਨਾਂ ਕੋਲ ਜਾਣ ਦਾ ਸਾਡਾ ਫਰਜ਼ ਬਣਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਲੀਡਰ ਅਤੇ ਅਫਸਰ ਜਨਤਾ ਦੇ ਨੌਕਰ ਨੇ, ਸਾਨੂੰ ਨੌਕਰ ਬਣ ਕੇ ਹੀ ਕੰਮ ਕਰਨੇ ਚਾਹੀਦੇ ਨੇ, ਅਫਸਰ ਬਣ ਕੇ ਨਹੀਂ। ਜਦੋਂ ਵੋਟਾਂ ਮੰਗਣ ਅਸੀਂ ਉਹਨਾਂ ਦੇ ਘਰਾਂ ਤੱਕ ਜਾਂਦੇ ਹਾਂ ਤਾਂ ਜਿੱਤਣ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਆਉਣ ਵਾਸਤੇ ਕਹਿ ਦਿੰਦੇ। ਅਸੀਂ ਕਹਿੰਦੇ ਹਾਂ ਸਰਕਾਰ ਤੁਹਾਡੇ ਦੁਆਰ, ਅਸੀਂ ਤੁਹਾਡੇ ਕੋਲ ਆਵਾਂਗੇ, ਜਿੱਥੇ ਮੁਸ਼ਕਲਾਂ ਨੇ ਉੱਥੇ ਅਸੀਂ ਆਪ ਵੀ ਜਾਂਦੇ ਹਾਂ ਕਿ ਅਸੀਂ ਲੋਕਾਂ ਕੋਲ ਜਾਵਾਂਗੇ। ਹੁਣ ਅਸੀਂ ਇੱਕ ਨਵਾਂ ਸਰ ਸ਼ੁਰੂ ਕਰਨ ਲੱਗੇ, ਹਰੇਕ ਜ਼ਿਲ੍ਹੇ ਦੇ ਡੀਸੀ ਨੂੰ SDM ਨੂੰ ਕਹਿ ਕੇ ਹਫ਼ਤੇ ਦੇ ਵਿੱਚ 3 ਦਿਨ ਤੁਸੀਂ ਪਿੰਡਾਂ 'ਚ ਜਾਣਾ ਔਰ ਪਿੰਡ ਆਲੇ ਦੁਆਲੇ 3-4 ਪਿੰਡਾਂ 'ਚ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਾ ਕੇ ਪਿੰਡਾਂ 'ਚ ਜਾਣਾ। ਉੱਥੇ ਪੇਪਰ ਥੱਲੇ ਬੋਰਡ ਥੱਲੇ ਬਹਿ ਜਾਓ ਮੰਜੇ ਡਾ ਕੇ ਅਤੇ ਉੱਥੇ ਹੀ ਜਿਹੜੇ ਕੰਮ ਨੇ ਉਹਨਾਂ ਦੇ ਪਿੰਡਾਂ ਦੇ ਉੱਥੇ ਹੀ ਕਰੋ, ਜਿਹੜੇ ਨਹੀਂ ਹੋ ਸਕਦੇ ਕਾਗਜ਼ ਘੱਟ ਹੈ ਉਹਨਾਂ ਨੂੰ ਅਗਲੇ ਦਿਨ ਬੁਲਾ ਲਓ। ਕਿਉਂਕਿ ਮੈਂ ਵੀ ਆਪਣੀਆਂ ਸਪੀਚਸ ਦੇ ਵਿੱਚ ਕਹਿੰਦਾ ਰਿਹਾ ਕਿ ਜਿਹੜੇ ਅਫਸਰ ਨੇ ਉਹ ਪਬਲਿਕ ਸਰਵੈਂਟ ਨੇ, ਜਨਤਾ ਦੇ ਸੇਵਕ ਨੇ, ਜਿਹੜੇ ਲੀਡਰ ਨੇ ਉਹ ਵੀ ਪਬਲਿਕ ਸਰਵੈਂਟ ਨੇ, ਤਾਂ ਅਸੀਂ ਸਰਵੈਂਟ ਹੀ ਰਹੀਏ, ਮਾਲਕ ਨਾ ਬਣੀਏ। ਅਤੇ ਬਹੁਤ ਚਿਰ ਪਹਿਲਾਂ ਮੇਰੇ ਪਿਤਾ ਜੀ ਦੱਸਦੇ ਨੇ ਕਿ ਰਜਿਸਟਰੀਆਂ ਪਿੰਡਾਂ 'ਚ ਹੀ ਹੁੰਦੀਆਂ ਸੀ, ਹੁਣ ਅਸੀਂ ਰਜਿਸਟਰੀਆਂ ਕਰਾਉਣ ਵਾਸਤੇ 4-4 ਗੇੜੇ ਵੱਜਦੇ ਨੇ, ਤਹਿਸੀਲਦਾਰ ਹੈ ਨਹੀਂ ਜੀ, ਬੁੱਧਵਾਰ ਨੂੰ ਆਇਓ, ਵੀਰਵਾਰ ਨੂੰ ਆਇਓ, ਇਹ ਬੁੱਧਵਾਰ ਵੀਰਵਾਰ ਜਿਹੜੇ ਨੇ ਇਹ ਕਲਚਰ ਕਰਾਉਂਗੇ ਅਤੇ ਉਹ ਮੈਨੂੰ ਰਿਪੋਰਟ ਕਰਨਗੇ ਕਿ ਕਿਹੜੇ ਕਿਹੜੇ ਪਿੰਡਾਂ 'ਚ ਗਏ ਅਤੇ ਕਿਹੜੇ ਕਿਹੜੇ ਪਿੰਡਾਂ 'ਚ। ਵਟਸਐਪ 'ਤੇ ਮੈਨੂੰ ਉਹਦੀ ਆਡੀਓ ਵੀਡੀਓ ਸਾਰੀ ਰਿਕਾਰਡਿੰਗ ਚਾਹੀਦੀ ਹੈ, ਮੈਂ ਸਾਰੇ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਤਾਂ ਕਿ ਪਿੰਡਾਂ ਦੇ ਲੋਕਾਂ ਨੂੰ, ਬਹੁਤ ਸਾਰੇ ਇਹੋ ਜਿਹੇ ਲੋਕ ਵੀ ਨੇ ਜਿਹੜੇ ਸ਼ਹਿਰ ਵੀ ਨਹੀਂ ਜਾ ਸਕਦੇ, ਇਕੱਲੇ ਨੇ, ਕੋਈ ਸਹਾਰਾ ਚਾਹੀਦਾ ਉਹਨਾਂ ਨੂੰ, ਬਜ਼ੁਰਗ ਨੇ ਨਹੀਂ ਜਾ ਸਕਦੇ, ਕੋਈ ਉਹਨਾਂ ਕੋਲ ਵਾਹਨ ਹੈ ਨਹੀਂ, ਤਾਂ ਜੇਕਰ ਉਹਨਾਂ ਦੇ ਪਿੰਡ ਦੀ ਸੱਥ ਦੇ ਵਿੱਚ ਹੀ ਉਹ ਕੰਮ ਹੋ ਜਾਵੇ ਤਾਂ ਇਸ ਤੋਂ ਵੱਡਾ ਮੇਰੇ ਖਿਆਲ 'ਚ ਕੋਈ ਪੁੰਨ ਨਹੀਂ ਹੋ ਸਕਦਾ। ਸੋ ਆਮ ਆਦਮੀ ਪਾਰਟੀ ਜਨਤਾ ਦੀ ਸੇਵਾ 'ਚ ਲੱਗੀ ਹੈ ਔਰ ਇਸੇ ਤਰ੍ਹਾਂ ਸੇਵਾ ਕਰਦੇ ਰਹੇ।